ਖਬਰ ਹੁਸ਼ਿਆਰਪੁਰ ਫਗਵਾੜਾ ਮਾਰਗ 'ਤੇ ਪੈਂਦੇ ਪਿੰਡ ਸਾਰੀ ਤੋਂ ਹੈ, ਜਿੱਥੇ ਕਿ ਬੀਤੀ ਰਾਤ ਕੁਝ ਲੁਟੇਰਿਆਂ ਵੱਲੋਂ ਲੁੱਟਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਵੇਲੀ 'ਚ ਸੁੱਤੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਅਤੇ ਉਕਤ ਹਮਲਾਵਰ ਹਵੇਲੀ 'ਚੋਂ ਕੁਝ ਪਸ਼ੂ ਚੋਰੀ ਕਰਕੇ ਫਰਾਰ ਹੋ ਗਏ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਕਾਕਾ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 40 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਗੰਭੀਰ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਮਿਸ਼ਟੀਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਕੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਪਸ਼ੂਆਂ ਦੇ ਵਾੜੇ 'ਚ ਸੁੱਤਾ ਹੋਇਆ ਸੀ ਅਤੇ ਉਸ ਨਾਲ ਇੱਕ ਅਸਾਧ ਬਾਬਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਾਲ ਹੀ ਕੰਮ ਕਰਦਾ ਸੀ ਉਹ ਵੀ ਸੁੱਤਾ ਹੋਇਆ ਸੀ ਅਤੇ ਬੀਤੀ ਰਾਤ ਕਰੀਬ 12:30 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਵਾੜੇ 'ਚ ਦਾਖਲ ਹੋ ਕੇ ਸੁਖਵਿੰਦਰ ਸਿੰਘ ਨੂੰ ਬੰਨ੍ਹ ਕੇ ਸਿਰ 'ਚ ਡੰਡੇ ਮਾਰ ਮਾਰ ਉਸ ਦਾ ਕਤਲ ਕਰ ਦਿੱਤਾ ਅਤੇ ਸਾਧ ਬਾਬੇ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਅਤੇ ਵਾੜੇ 'ਚੋਂ ਕੁਝ ਪਸ਼ੂ ਚੋਰੀ ਕਰਕੇ ਲੈ ਗਏ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ SSP ਸੁਰਿੰਦਰ ਲਾਂਬਾ ਦਾ ਕਹਿਣਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਪੁਲਿਸ ਕਾਤਲਾਂ ਨੂੰ ਕਾਬੂ ਕਰ ਲਵੇਗੀ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਮ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਮੇਰਾ ਸਾਰੀ ਪਿੰਡ ਜੀ। ਜਿਹੜੇ ਡੈਥ ਹੋਈ ਕੀ ਲੱਗਦਾ ਤੁਹਾਨੂੰ? ਇਹ ਆਪਣੀ ਜੇ ਲੱਗਦਾ ਜੀ। ਠੀਕ ਹੈ ਅੰਕਲ ਜੀ, ਕੀ ਗੱਲਬਾਤ ਹੋਈ ਸੀ, ਕਿੱਦਾਂ ਮੌਤ ਹੋਈ ਹੈ? ਇਹ ਮੌਤ ਜਿੱਦਾਂ ਹੁਣ ਬਾਕੀ ਤਾਂ ਹੁਣ ਸਾਰਾ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਜੀ ਅਤੇ ਜਿੱਦਾਂ ਰਾਤ ਜਿੰਨਾ ਕੁ ਸਾਨੂੰ ਪਤਾ ਲੱਗਿਆ ਰਾਤ ਜਿੱਦਾਂ 12:00 ਫੋਨ ਆਇਆ ਸਾਡੇ 1:45 ਲਾਗੇ ਤੱਕ ਤਾਂ ਉਹ ਉਸ ਵੇਲੇ ਜਿੱਦਾਂ ਘਰ ਦੇ ਫਟਾਫਟ ਨੱਠ ਕੇ ਗਏ ਜਾਂਦੇ ਸੀ ਇਹ ਦੇਖਿਆ ਹੋਵੇ ਬੰਦੇ ਨੂੰ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ ਸਿਰ ਵੱਢਿਆ ਹੋਇਆ ਸੀਗਾ ਤਕਰੀਬਨ ਕਾਫੀ ਜ਼ਿਆਦਾ ਮਤਲਬ ਹੈ ਨਾ ਫੱਟ ਲੱਗੇ ਹੋਏ ਸੀਗੇ ਬਾਕੀ ਸਿਰ 'ਚ ਬਹੁਤ ਸੱਟਾਂ ਮਾਰੀਆਂ ਬਾਕੀ 4-5 ਪਸ਼ੂ ਮੱਝਾਂ ਵੀ ਕੋਲ ਨਹੀਂ ਹੈਗੀਆਂ ਸਵੇਰੇ ਜੋ ਦੇਖਿਆ ਤਾਂ ਅਤੇ ਬਾਕੀ ਤੁਹਾਨੂੰ ਦੇਖੋ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਕੀ ਹੁਣ ਪੂਰਾ ਅਸੀਂ ਹੁਣ ਹਰ ਤਰ੍ਹਾਂ ਹੀ ਸ਼ੱਕ ਦੌੜਦੀ ਹੈਗੀ ਹੈ ਜੀ ਹੁਣ ਬਾਕੀ ਤੁਹਾਨੂੰ ਇਨਵੈਸਟੀਗੇਸ਼ਨ ਕਰਕੇ ਪਤਾ ਲਗਾਊਗੀ ਪੁਲਿਸ ਕੀ ਕਰਦੀ ਹੈ। ਉਮਰ ਕੋਈ ਹੋਣੀ ਹੈ 42-43 ਸਾਲ ਤੱਕ ਸ਼ਾਇਦ। ਫੈਮਿਲੀ 'ਚ ਕੌਣ ਕੌਣ ਆ ਜੀ? ਫੈਮਿਲੀ 'ਚ ਇੱਕ ਇਹਦੀ ਵਾਈਫ ਹੈਗੀ ਆ, ਇੱਕ ਇਹਦੀ ਬੇਟੀ ਹੈਗੀ ਆ ਅਤੇ ਇੱਕ ਇਹਦਾ ਬੇਟਾ ਹੈਗਾ ਜੀ। ਛੋਟੇ ਹੋ ਗਏ ਬੱਚੇ? ਉਹ ਛੋਟੇ ਆ, ਕੋਈ 20 ਸਾਲ ਦਾ, ਇੱਕ ਹੈਗਾ ਜੀ ਕੋਈ 17 ਸਾਲ ਦਾ ਜੀ। ਕਾਰੋਬਾਰ ਕੀ ਕਰਦੇ ਸੀਗੇ? ਕਾਰੋਬਾਰ ਆਪਣਾ ਬਸ ਥੋੜ੍ਹਾ ਖੇਤੀ ਦਾ ਜੀ ਅਤੇ ਬਾਕੀ ਇਹ ਪਸ਼ੂ ਪਾ ਸੀਗੇ ਤਾਂ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੇ ਸੀਗੇ ਜੀ। ਇੱਕ ਸਾਧ ਬਾਬਾ ਵੀ ਜ਼ਖਮੀ ਹੋਇਆ, ਉਹ ਵੀ ਉੱਥੇ? ਹਾਂਜੀ, ਉਹ ਵੀ ਨਾਲ ਸੀਗੇ, ਜਿੱਦਾਂ ਅਸੀਂ ਕਾਫੀ ਦੇਰ ਤੋਂ ਇਹਨਾਂ ਨਾਲ ਰਹਿ ਰਿਹਾ ਸੀ, ਪੱਠੇ ਦੱਥੇ ਨਾਲ ਪਾਉਂਦਾ ਹੁੰਦਾ ਜੀ ਅਤੇ ਨਾਲੇ 10-11 ਸਾਲ ਤੋਂ ਨਾਲ ਹੈਗਾ ਜੀ ਅਤੇ ਉਹ ਵੀ ਨਾਲ ਹੀ ਲੰਮਾ ਪਿਆ ਹੋਇਆ ਸੀਗਾ ਅਤੇ ਉਹ ਦੋਹਾਂ ਦੇ ਰਾਤ ਦੋਹਾਂ ਦੇ ਅਟੈਕ ਕੀਤਾ ਅਤੇ ਰਾਤ ਨੂੰ ਬਾਬੇ ਦੇ ਵੀ ਜਿੱਦਾਂ ਜ਼ਿਆਦਾ ਸੱਟਾਂ ਪਤਾ ਨਹੀਂ ਕਿਸ ਤਰ੍ਹਾਂ ਪਰਮਾਤਮਾ ਨੇ ਕਹਿੰਦਾ ਬਹਾਨਾ ਬਣਾਇਆ ਕੋਈ ਅਤੇ ਉਹ ਤਰ੍ਹਾਂ ਬਚ ਕੇ ਵਿੱਚੋਂ ਆ ਕੇ ਉਹਨੇ ਘਰ ਆ ਕੇ ਖਬਰ ਦਿੱਤੀ ਤਾਂ ਸਾਨੂੰ ਰਾਤ ਤਾਂ ਸਾਨੂੰ ਪਤਾ ਲੱਗਾ ਹੈ ਨਾ। ਇਹ ਹੈਗਾ ਸੁਖਵਿੰਦਰ ਸਿੰਘ ਜੀ, ਮੰਗਦਾ ਨਾਮ ਸੁਖਵਿੰਦਰ ਸਿੰਘ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਇਨਸਾਫ ਚਾਹੀਦਾ ਜੀ ਉਹਨਾਂ ਨੂੰ, ਇਨਸਾਫ ਮਿਲਣਾ ਚਾਹੀਦਾ। ਪ੍ਰਾਈਮ ਆਫ ਸਹੀ ਜਿਹੜਾ ਇੱਕ ਇੰਸੀਡੈਂਟ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਸਾਰੀ ਪਿੰਡ 'ਚ ਮੇਟਿਆਣਾ ਪੁਲਿਸ ਸਟੇਸ਼ਨ 'ਚ ਇੱਕ ਆਪਾਂ ਕਹਿ ਸਕਦੇ ਹਾਂ ਡੇਅਰੀ ਓਨਰ ਦੀ ਜਿਹੜੀ ਹੈਗੀ ਜਿਹੜਾ ਦਾ ਮਰਡਰ ਕੀਤਾ ਗਿਆ ਅਤੇ ਇਹਦੇ ਵਿੱਚ ਅਤੇ ਨਾਲ ਦਾ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਇੰਜਰਡ ਕੀਤਾ ਗਿਆ। ਇਹਦੇ ਵਿੱਚ ਹਾਲ ਤੱਕ ਦੀ ਇਨਵੈਸਟੀਗੇਸ਼ਨ 'ਤੇ ਆਪਾਂ ਕਹਿ ਸਕਦੇ ਹੈਗੇ ਕਿ ਕਿਉਂਕਿ ਉੱਥੇ ਕੁਛ 4-5 ਪਸ਼ੂ ਵੀ ਜਿਹੜੇ ਹੈਗੇ ਮਿਸਿੰਗ ਰਿਪੋਰਟ ਕੀਤੇ ਜਾ ਰਹੇ ਹੈਗੇ ਅਤੇ ਸਾਡੀ ਵੀ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਇਸ ਵੱਲ ਇਸ਼ਾਰਾ ਕਰਦੀ ਹੈਗੀ ਕਿ ਕੋਈ ਕੈਟਲ ਥੀਵਸ ਨੇ ਜਿਹੜਾ ਹੈਗਾ ਉਹ ਉੱਥੇ ਥੈਫਟ
ਦੇ ਦੌਰਾਨ ਜਿਹੜਾ ਹੈਗਾ ਉਹਨਾਂ ਨੇ ਉਸ ਚੀਜ਼ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ। ਬਟ ਜਦੋਂ ਤੱਕ ਕਿ ਸਾਰਾ ਅਸੀਂ ਟਰੇਸ ਨਹੀਂ ਕਰ ਲੈਂਦੇ ਅਸੀਂ ਕੰਕਰੀਟ ਕੁਛ ਨਹੀਂ ਕਹਿ ਸਕਦੇ ਹੈਗੇ। ਸਾਡੀ ਟੀਮ ਲੱਗੀ ਵੀ ਹੈਗੀ, FIR ਦਰਜ ਕਰ ਲਿੱਤਾ ਗਿਆ ਹੈਗਾ ਅਤੇ ਕੇਸ ਨੂੰ ਜਲਦੀ ਟਰੇਸ ਕਰਕੇ ਤੁਹਾਡੇ ਨਾਲ ਸਾਂਝਾ ਕਰ। ਉਹ ਹਾਲੇ ਅੰਡਰ ਟ੍ਰੀਟਮੈਂਟ ਹੈਗਾ। ਨਹੀਂ ਉਹ ਤਾਂ ਦੇਖੋ ਇਨਵੈਸਟੀਗੇਸ਼ਨ ਤੋਂ ਅਸੀਂ ਸਾਰੀ ਕਰਾਂਗੇ ਜੀ, ਹਰ ਤਰੀਕੇ ਦੇ ਐਂਗਲ ਨੂੰ ਐਕਸਪਲੋਰ ਕਰਨ ਵਾਸਤੇ, ਅਤੇ ਉਹ ਅਸੀਂ ਕਰ ਰਹੇ ਹੈਗੇ। ਅਤੇ ਹੁਣ ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਨੀਸ਼ੀਅਲੀ 4-5 ਪਸ਼ੂ ਵੀ ਉੱਥੋਂ ਮਿਸਿੰਗ ਹੈਗੇ, ਅਤੇ ਮੇ ਬੀ ਉਹ ਪਾਰਟ ਆਫ ਕੌਨਸਪਰੇਸੀ ਹੋ ਸਕਦਾ, ਮੇ ਬੀ ਉਹ ਪਾਰਟ ਆਫ ਕ੍ਰਾਈਮ ਹੋ ਸਕਦਾ। ਹਾਂਜੀ ਹਾਂਜੀ ਹਾਂਜੀ, ਰੱਸਿਆਂ ਨਾਲ ਉਹਨੂੰ ਬੰਨਿਆ ਗਿਆ ਹੈਗਾ ਉੱਥੇ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਦੋਂ ਫੈਮਿਲੀ ਉੱਥੋਂ ਤੱਕ ਪਹੁੰਚੀ ਹੈਗੀ ਤਾਂ ਉਹ ਹੀ ਵਾਜ਼ ਫਾਊਂਡ ਡੈਡ ਦੇਅਰ। ਤੋ ਇਸਨੂੰ ਬੜਾ ਸੀਰੀਅਸਲੀ ਜਿਹੜਾ ਹੈਗਾ ਸਾਡੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ, ਸਾਡੇ ਇੱਕ SP ਸਾਹਿਬ ਅਤੇ DSP ਸਾਹਿਬ SHO ਉਸ ਮੌਕੇ 'ਤੇ ਕਰ ਰਹੇ ਹੈਗੇ, ਬਾਕੀ ਵੀ ਸਾਰੀ ਟੀਮ ਸਾਡੀ ਲੱਗੀ ਵੀ ਹੈਗੀ। Thank you. We at GNA University see potential in everyone and everything around us. We drive innovation and entrepreneurship. We groom competent global citizens to affect positive change around them.